ਮਾਡਲ ਜੀ ਸੋਹਣੀ ਜੀ ਹਾਂ ਐਸਟੈਕ ਆਪਸ਼ਨਲ ਟੋਪ ਮਾਡਲ ਜੀ ਅੱਛਾ ਕਲਾਈਮੇਟ ਕੰਟਰੋਲ ਆਟੋ ਏਸੀ ਹੀਟਰ ਸੀਟਸ ਵੀ ਇਹਦੀ ਸੀਟਸ ਵੀ ਏਸੀ ਨਾਲ ਠੰਡੀਆਂ ਹੁੰਦੀਆਂ ਨੇ ਹੀਟਰ ਨਾਲ ਗਰਮ ਹੋ ਜਾਂਦੀਆਂ ਠੀਕ ਹੈ ਜੀ ਤੇ ਸਾਰੂਫ ਵਗੈਰਾ ਉੱਤੇ ਚੱਲਦਾ ਜੀ ਓਕੇ ਜੀ ਫਸਟ ਓਨਰ ਕਾਰ ਆ ਜੀ ਲਓ ਵੀ ਸਾਰੂਫ ਖੁੱਲ ਗਿਆ ਮਿੱਤਰੋ ਗੱਡੀ ਸਾਫ਼ ਖੜੀ ਹੈ ਜੀ ਦੋਸਤੋ ਗੱਡੀਆਂ ਦਾ ਏਡਾ ਬਾਜ਼ਾਰ ਤੁਸੀਂ ਸ਼ਾਇਦ ਹੀ ਕਿਤੇ ਦੇਖਿਆ ਹੋਊ ਅੱਜ ਤੁਹਾਨੂੰ ਨਾ ਪੰਜਾਬ ਦੇ ਸਭ ਤੋਂ ਵੱਡੇ ਗੱਡੀਆਂ ਦੇ ਬਾਜ਼ਾਰ 'ਚ ਲੈ ਕੇ ਆਇਆ ਪਾਤੜਾਂ ਵਾਲੇ ਬਾਜ਼ਾਰ 'ਚ ਪਾਤੜਾਂ ਸ਼ਹਿਰ ਪੰਜਾਬ ਦਾ ਇੱਕ ਵੱਡੀ ਮਾਰਕੀਟ ਆ ਜਿੱਥੇ ਗੱਡੀਆਂ ਦੇ ਸਿਰਫ ਆ ਦੁਕਾਨਾਂ ਨੇ ਜਿਹੜੀਆਂ ਦੇਖ ਰਹੇ ਆਪਾਂ ਸਿਰਫ ਗੱਡੀਆਂ ਵਿਕਾਊ ਨੇ ਇੱਥੇ ਜਿਹੋ ਜਿਹੀ ਤੁਹਾਨੂੰ ਗੱਡੀ ਚਾਹੀਦੀ ਆ ਤੁਹਾਡੀ ਮਨਪਸੰਦ ਗੱਡੀ ਇੱਥੋਂ ਮਿਲੂਗੀ ਇਸ ਬਾਜ਼ਾਰ 'ਚੋਂ ਮਿਲੂਗੀ ਇੱਕ ਗੱਲ ਦੋਸਤੋ ਇਹ ਵੀ ਆ ਕਿ ਹਰ ਮਾਰਕੀਟ ਦੇ ਵਿੱਚ ਕੁਝ ਨਾ ਕੁਝ ਬੰਦੇ ਮਾੜੇ ਹੁੰਦੇ ਨੇ ਜੋ ਮਾਰਕੀਟ ਨੂੰ ਇੱਕ ਧੱਬਾ ਕਲੰਕ ਬਣ ਜਾਂਦੇ ਨੇਗੇ ਪਰ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਅਸੀਂ ਵੀ ਜਿਹੜੇ ਬੰਦੇ ਤੋਂ ਸੌਦਾ ਕੀਤਾ ਇੱਕ ਦੋ ਸੌਦੇ ਕੀਤੇ ਨੇ ਜ਼ਿੰਮੇਵਾਰ ਬੰਦੇ ਨੇ ਉਹ ਸਾਨੂੰ ਤਸੱਲੀ ਹੋ ਗਈ ਉਹਨਾਂ ਬੰਦੇ ਤਾਂਹੀਓ ਤੁਹਾਨੂੰ ਇਹ ਮਾਰਕੀਟ ਦਿਖਾਉਣ ਲਈ ਲੈ ਕੇ ਆਇਆ ਉਰੇ ਜ਼ਿੰਮੇਵਾਰ ਬੰਦਿਆਂ ਕੋਲ ਗੱਡੀ ਤੁਹਾਨੂੰ ਵਧੀਆ ਮਿਲੂ ਇੱਥੋਂ ਤਸੱਲੀ ਵਾਲੇ ਬੰਦਿਆਂ ਕੋਲੋਂ ਜਮ੍ਹਾਂ ਤਸੱਲੀ ਬਖਸ਼ ਗੱਡੀ ਮਿਲੂਗੀ ਜੇਕਰ ਤੁਹਾਡੇ ਕੋਲ ਕੋਈ ਪੁਰਾਣੀ ਗੱਡੀ ਆ ਤਾਂ ਪੁਰਾਣੀ ਗੱਡੀ ਵੀ ਕੱਟੀ ਜਾਊ ਕਾਗਜ਼ਾਂ ਪੱਤਰਾਂ ਦੀ ਵੀ ਜ਼ਿੰਮੇਵਾਰੀ ਹੋਊ ਐਕਸੀਡੈਂਟ ਪੇਂਟ ਵਗੈਰਾ ਦੀ ਵੀ ਫੁੱਲ ਜ਼ਿੰਮੇਵਾਰੀ ਹੋਊ ਇਹਨਾਂ ਬੰਦਿਆਂ ਕੋਲ ਆ ਜਾਓ ਪਹਿਲਾਂ ਤਾਂ ਮਾਰਕੀਟ ਦੇਖੋ ਦੋਸਤੋ ਕਿੱਡੀ ਆ ਜਿਹੋ ਜਿਹੀ ਤੁਸੀਂ ਗੱਡੀ ਭਾਲਦੇ ਹੋ ਹਰ ਇੱਕ ਤਰ੍ਹਾਂ ਦੀ ਨਵੀਂ ਪੁਰਾਣੀ ਚੰਗੀ ਮਾੜੀ ਸਭ ਤਰ੍ਹਾਂ ਦੀ ਗੱਡੀ ਇੱਥੋਂ ਆਪਾਂ ਨੂੰ ਮਿਲੂਗੀ ਦੋਸਤੋ ਵੀਡੀਓ ਸਾਰੀ ਦੇਖਣ ਜੋਗਾ ਦੇਖਿਓ ਅਤੇ ਨਾਲ ਸ਼ੇਅਰ ਵੀ ਕਰਿਓ ਕਿਉਂਕਿ ਕੋਈ ਨਾ ਕੋਈ ਭਾਈ ਭਾਲ 'ਚ ਹੁੰਦਾ ਗੱਡੀ ਦੇ ਕੱਲ੍ਹ ਦੋਸਤੋ ਕੀ ਹਾਲ ਚਾਲ ਨੇ ਜੀ ਮੈਂ ਤੁਹਾਡਾ ਵੀਰ ਸੇਖੋਂ ਬੁੜਾਵਾਲ ਦੋਸਤੋ ਅੱਜ ਆਪਾਂ ਤੁਹਾਨੂੰ ਗੱਡੀਆਂ ਦਿਖਾਉਣ ਦੇ ਲਈ ਇੱਕ ਵੱਡਾ ਬਾਜ਼ਾਰ ਪੰਜਾਬ ਦਾ ਜੋ ਸਭ ਤੋਂ ਵੱਡਾ ਕਾਰ ਬਾਜ਼ਾਰ ਮੰਨਿਆ ਜਾਂਦਾ ਜਿੱਥੇ ਕਿ ਨਵੀਆਂ ਪੁਰਾਣੀਆਂ ਚੰਗੀਆਂ ਮਾੜੀਆਂ ਜਿਹੋ ਜਿਹੀ ਤੁਹਾਡੀ ਚੋਇਸ ਆਈ ਉਹੋ ਜਿਹੀ ਗੱਡੀ ਇੱਥੋਂ ਤੁਸੀਂ ਖਰੀਦ ਵੇਚ ਸਕਦੇ ਹੋ ਜੇਕਰ ਤੁਹਾਡੇ ਕੋਲ ਕੋਈ ਪੁਰਾਣੀ ਗੱਡੀ ਆ ਤੁਸੀਂ ਕਟਾਉਣਾ ਚਾਹੁੰਦੇ ਹੋ ਇਸ ਬਾਜ਼ਾਰ ਦੇ ਵਿੱਚ ਕਟਾ ਵੀ ਸਕਦੇ ਹੋ ਜੇਕਰ ਤੁਹਾਡੀ ਉਹ ਗੱਡੀ ਨਹੀਂ ਕਿਤੇ ਵਿਕਦੀ ਨਾ ਤਾਂ ਇਹ ਬਾਜ਼ਾਰ ਉਹ ਤੁਹਾਡੀ ਗੱਡੀ ਕੱਟੂਗਾ ਅਤੇ ਗੱਡੀ ਲੈਣ ਤੋਂ ਪਹਿਲਾਂ ਤੁਹਾਨੂੰ ਕੁਛ ਕੁ ਜ਼ਰੂਰੀ ਗੱਲਾਂ ਜਿਹੜੀ ਕੋਮਨ ਜਿਹੀਆਂ ਗੱਲਾਂ ਹੁੰਦੀਆਂ ਨੇ ਉਹ ਦੱਸਣ ਲੱਗਿਆ ਜਿਵੇਂ ਕਿ ਹੁਣ ਗੱਡੀ ਆਪਾਂ ਕੋਈ ਲੈਣ ਆਇਆ ਦੇਖਣ ਆਇਆ ਹੈ ਨਾ ਸਭ ਤੋਂ ਪਹਿਲਾਂ ਤਾਂ ਆਪਾਂ ਗੱਡੀ ਦੀ ਚੋਇਸ ਹੁੰਦੀ ਵੀ ਆਪਾਂ ਇਹ ਗੱਡੀ ਲੈਣੀ ਹੈਗੀ ਦੂਸਰੇ ਨੰਬਰ 'ਤੇ ਗੱਲ ਹੁੰਦੀ ਹੈਗੀ ਵੀ ਗੱਡੀ ਦਾ ਰੰਗ ਪੇਂਟ ਗੱਡੀ ਪੇਂਟ ਤਾਂ ਨਹੀਂ ਹੈਗੀ ਅਤੇ ਟਾਇਰ ਵਗੈਰਾ ਲੁੱਕ ਗੱਡੀ ਦੀ ਹੈ ਨਾ ਵੀ ਕਿਹੋ ਜਿਹੀ ਆ ਅਤੇ ਅੰਦਰੋਂ ਗੱਡੀ ਕਿੰਨੀ ਕੁ ਸਾਫ਼ ਆ ਜੀ ਫਿਰ ਤੀਜੇ ਨੰਬਰ 'ਤੇ ਗੱਲ ਆ ਜਾਂਦੀ ਹੈ ਜੀ ਇੰਜਨ ਦੀ ਇੰਜਨ ਗੇਅਰ ਬੈਟਰੀ ਦੀ ਗੱਲ ਆ ਜਾਂਦੀ ਆ ਵੀ ਉਹ ਤੁਸੀਂ ਜੇ ਤਾਂ ਖੁਦ ਤੁਸੀਂ ਇਸ ਦੇ ਮਤਲਬ ਐਕਸਪਰਟ ਹੈਗੇ ਹੋ ਤਾਂ ਚੰਗੀ ਗੱਲ ਆ ਨਹੀਂ ਜਦੋਂ ਵੀ ਕੋਈ ਗੱਡੀ ਲੈਣੀ ਆ ਤਾਂ ਇੱਕ ਐਕਸਪਰਟ ਬੰਦੇ ਨੂੰ ਜ਼ਰੂਰ ਨਾਲ ਰੱਖੋ ਪੇਂਟ ਸ਼ੇਂਟ ਬਾਰੇ ਤਾਂ ਕਿ ਤੁਹਾਨੂੰ ਚੰਗੀ ਪਹਿਚਾਣ ਹੋ ਸਕੇ ਹੈ ਨਾ ਅੱਜ ਆਪਾਂ ਕਾਕਾ ਮੋਟਰਸ ਵਾਲਿਆਂ ਕੋਲ ਆਏ ਹਾਂ ਜਿੱਥੋਂ ਕਿ ਅਸੀਂ ਪਹਿਲਾਂ ਗੱਡੀ ਕਾਰ ਲੈ ਕੇ ਗਏ ਸੀਗੇ ਇੱਕ ਦੋ ਸੌਦੇ ਇਹਨਾਂ ਨਾਲ ਕੀਤੇ ਆ ਸਾਡਾ ਯਕੀਨ ਬਣ ਗਿਆ ਇਹਨਾਂ ਨਾਲ ਜੀ ਇਹਨਾਂ 'ਤੇ ਅਤੇ ਅੱਜ ਤੁਹਾਨੂੰ ਵੀ ਇਹਨਾਂ ਨੂੰ ਮਿਲਾਉਣ ਦੇ ਲਈ ਲੈ ਕੇ ਆਇਆ ਪਾਤੜਾਂ ਵਿਖੇ ਗੱਲਬਾਤ ਕਰਦਿਆਂ ਕਾਕਾ ਜੀ ਉਹਦੇ ਨਾਲ ਤੁਹਾਨੂੰ ਵੀ ਮਿਲਾਉਂਦੇ ਹਾਂ ਆ ਜਾਓ ਫਿਰ ਗੱਲਬਾਤ ਕਰੀਏ ਸਿਕਾਲ ਬਾਈ ਹੋਰ ਠੀਕ ਠਾਕ ਹਾਂਜੀ ਹਾਂਜੀ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਇਹ ਸਾਡੇ ਪੁਰਾਣੇ ਮਿੱਤਰ ਨੇ ਜੀ ਇੱਕ ਦੋ ਸੌਦੇ ਅਸੀਂ ਇਹਨਾਂ ਨਾਲ ਜੇ ਕੀਤੇ ਵੀ ਸਾਡੀ ਮਤਲਬ ਆਪਸੀ ਸੰਬੰਧ ਪਰਿਵਾਰਕ ਸੰਬੰਧ ਬਣ ਗਏ ਜੀ ਫਿਲਹਾਲ ਅਸੀਂ ਕਿਸੇ ਨੂੰ ਇੱਕ ਦੂਜੇ ਨੇ ਉਹਨਾਂ ਸੌਦਿਆਂ ਤੋਂ ਪਹਿਲਾਂ ਆਪਾਂ ਜਮਾਂ ਨਹੀਂ ਜਾਣਦੇ ਸੀ ਹਨਾ ਬਿਲਕੁਲ ਬਿਲਕੁਲ ਆਪਣੇ ਰਿਲੇਸ਼ਨ ਹੀ ਇੰਨੇ ਬਣ ਗਏ ਅਸੀਂ ਇੱਕ ਦੋ ਵਾਰੀ ਚੱਕਰ ਮਾਰੇ ਹਨਾ ਵੀ ਚੰਗੇ ਬਣ ਗਏ ਤੇ ਹੁਣ ਆਪਾਂ ਦਰਸ਼ਕਾਂ ਨੂੰ ਤੁਹਾਡਾ ਬਾਜ਼ਾਰ ਦਿਖਾਉਣ ਦੇ ਲਈ ਲੈ ਕੇ ਆਏ ਹਾਂ ਠੀਕ ਹੈ ਜੀ ਇਹ ਅੱਜ ਤੋਂ 30-35 ਸਾਲ ਪਹਿਲਾਂ ਇੱਥੇ 5-7-10 ਕਾਰ ਬਾਜ਼ਾਰ ਹੀ ਸੀ ਉਹ ਤੋਂ ਬਾਅਦ ਹੌਲੀ ਹੌਲੀ ਗਰੋਥ ਹੋਈ ਗਈ ਤੇ ਇਹ ਮਾਰਕੀਟ ਅੱਜ ਇੰਡੀਆ ਦੀ ਦੂਜੇ ਨੰਬਰ ਦੀ ਮਾਰਕੀਟ ਆ ਤੁਸੀਂ ਕਾਰ ਬਾਜ਼ਾਰ ਦੀ ਗਿਣਤੀ ਦੇ ਹਿਸਾਬ ਨਾਲ ਲਾ ਲਓ ਦੂਜੀ ਗੱਲ ਇੱਥੇ ਸਭ ਤੋਂ ਜ਼ਿਆਦਾ ਰੋਜ਼ਗਾਰ ਮੁਹੱਈਆ ਕਰਵਾਇਆ ਜਾਂਦਾ ਲੋਕਾਂ ਨੂੰ 10-15 ਕਿਲੋਮੀਟਰ ਦੇ ਏਰੀਏ ਤੋਂ ਲੋਕ ਇੱਥੇ ਆਉਂਦੇ ਨੇ ਤੇ ਆਪਣਾ ਰੋਜ਼ਗਾਰ ਚਲਾਉਂਦੇ ਨੇ ਤੇ ਜਿਹੜੀ ਸਾਡੀ ਕਾਰ ਬਾਜ਼ਾਰ ਦੀ ਮਾਰਕੀਟ ਹੈ ਇਹ ਮਾਰਕੀਟ ਮਸ਼ਹੂਰ ਵੀ ਆ ਤੇ ਇੱਥੇ ਤੁਹਾਨੂੰ ਵਧੀਆ ਗੱਡੀ ਵਾਜਬ ਰੇਟ ਤੇ ਮਿਲਦੀ ਹੈ ਇੱਥੇ ਫਾਈਨਾਂਸ ਫੈਸਿਲਿਟੀ ਲਾ ਲਓ ਤੇ ਹੋਰ ਵੀ ਬਹੁਤ ਜ਼ਿਆਦਾ ਸੁਵਿਧਾਵਾਂ ਗਾਹਕ ਨੂੰ ਦਿੱਤੀਆਂ ਜਾਂਦੀਆਂ ਆਪਣੇ ਕਿੰਨਾ ਕਿ ਟੋਟਲ ਦੁਕਾਨਾਂ ਮੰਨ ਕੇ ਚੱਲੇ ਵੀ ਕਿੰਨੀ ਕਿ ਇੱਥੇ 300 ਤੋਂ 350 ਦੇ ਨੀਅਰ ਅਬਾਊਟ ਆਪਣੇ ਕਾਰ ਬਾਜ਼ਾਰ ਨੇ ਅਸੀਂ ਦੇਖਿਆ ਪਹਿਲਾਂ ਵੀ ਹਨਾ ਦੱਸੋ ਤੁਹਾਨੂੰ ਵੀ ਦਿਖਾਇਆ ਨਾ ਬਹੁਤ ਵੱਡੀ ਮਾਰਕੀਟ ਆ 300 ਦੁਕਾਨ ਦੇ ਲਵੇ ਮੰਨ ਕੇ ਚੱਲੇ 10 ਗੱਡੀ ਤਾਂ ਹੈਗੀ ਹੈਗੀ ਅਵੇਲੇਬਲ ਹਾਂਜੀ ਹਾਂਜੀ ਤਾਂ ਹਰੇਕ ਕਾਰ ਬਾਜ਼ਾਰ ਕੋਲ
ਐਵਰੇਜ 20 ਤੋਂ 25 ਗੱਡੀਆਂ 20 ਤੋਂ 25 ਅਸੀਂ 10 ਕ ਮੰਨ ਕੇ ਚੱਲੇ ਵੀ ਫਿਰ ਵੀ 3-4 ਹਜ਼ਾਰ ਗੱਡੀ ਹੋਈ ਗਈ ਜਿਆਦਾ ਹੈ ਨਾ ਜੀ ਵੀ ਚੁਆਇਸ ਹੁੰਦੀ ਅਗਲਾ ਮੰਨ ਕੇ ਆਉਂਦਾ ਅਗਲਾ ਘਰੋਂ ਵੀ ਅਸੀਂ ਆਹ ਗੱਡੀ ਲਿਆਉਣੀ ਆ ਠੀਕ ਹੈ ਇਹ ਨਹੀਂ ਹੈਗਾ ਬੰਦਾ ਜਦੋਂ ਘਰੋਂ ਆ ਗਿਆ ਵੀ ਵਾਪਸ ਖਾਲੀ ਹੱਥ ਹੋ ਜੂ ਨਾ ਨਾ ਬਿਲਕੁਲ ਤੁਹਾਡੇ ਲੋਕ ਅਸੀਂ ਪਹਿਲੇ ਜਿਹੜਾ ਪਹਿਲਾਂ ਤੁਹਾਡੇ ਨਾਲ ਸੌਦਾ ਕਰਕੇ ਗਏ ਸਾਨੂੰ ਆਇਆ ਸੀ ਵੀ ਕਿਹੜਾ ਮਿਲੂ ਯਾਰ ਨਾ ਨਾ ਬਿਲਕੁਲ ਪਰ ਗੱਡੀ ਤੁਸੀਂ ਸਾਨੂੰ ਇੰਨੀ ਜ਼ਿਆਦਾ ਸਾਫ਼ ਦਿੱਤੀ ਵੀ ਮਨ ਖੁਸ਼ ਹੋ ਗਿਆ ਇਸੇ ਕਰਕੇ ਦਰਸ਼ਕਾਂ ਨਾਲ ਤੁਹਾਨੂੰ ਮਿਲਾਉਣ ਦੇ ਲਈ ਆ ਆਪਾਂ ਗੱਡੀ ਵਾਲੀ ਗੱਲਬਾਤ ਕਰੀਏ ਤੇ ਕਾਗਜ਼ਾਂ ਪੱਤਰਾਂ ਦੀ ਗੱਲਬਾਤ ਦੱਸ ਦਈਏ ਦੋਸਤਾਂ ਨੂੰ ਹਨਾ ਕਾਗਜ਼ਾਂ ਪੱਤਰਾਂ ਸਾਡੇ ਕੋਲ ਜੀ ਕੋਈ ਵੀ ਬੰਦਾ ਗੱਡੀ ਲੈ ਜੇ ਸਾਡੀ ਅੱਜ ਕੀ ਅੱਜ ਤੋਂ 20 ਸਾਲ ਬਾਅਦ ਵੀ ਪੇਪਰਾਂ ਦੀ ਗਰੰਟੀ ਹੋਊਗੀ ਸਾਡੇ ਪੇਪਰਾਂ 'ਚ ਕਿਸੇ ਕਿਸਮ ਦਾ ਕੋਈ ਫੋਲਟ ਹੋਵੇ ਤਾਂ ਆਪਣੀ ਗੱਡੀ ਖੜਾ ਕੇ ਪੈਸੇ ਵਾਪਸ ਲੈ ਕੇ ਜਾ ਸਕਦੇ ਤੇ ਜੇ ਕੋਈ ਪੁਰਾਣੀ ਗੱਡੀ ਹੈ ਕੋਈ ਅਗਲਾ ਤੁਹਾਨੂੰ ਕਟਾਉਣਾ ਚਾਹੁੰਦਾ ਹੈਗਾ ਹਾਂਜੀ ਅਸੀਂ ਬਿਲਕੁਲ ਉਹਦੀ ਗੱਡੀ ਉਹਦੇ ਵਾਜਬ ਰੇਟ ਤੇ ਕੱਟ ਵੀ ਲਵਾਂਗੇ ਚਲੋ ਆਪਾਂ ਕਰੀਏ ਗੱਲਾਂ ਬਾਤਾਂ ਫਿਰ ਗੱਡੀਆਂ ਮੈਂ ਦਿਖਾਉਂਗੇ ਆਪਾਂ ਨੂੰ ਮਿੱਤਰਾਂ ਨੂੰ ਗੱਡੀਆਂ ਤੇ ਇਸ ਤੋਂ ਸਟਾਰਟ ਕਰ ਲੈਣਾ ਜੀ ਫਿਰ ਆਪਾਂ ਹੈਨਾ ਇਹ 2013 ਮਾਡਲ ਹੁੰਡਾ ਮੇਜ ਹੈ ਜੀ ਹਾਂ ਤੇ ਐਨਓਸੀ ਦੇ ਨਾਲ ਹੀ ਹੁੰਦੀ ਹੈ ਸਾਰੀ ਹਾਂਜੀ ਬਿਲਕੁਲ ਐਨਓਸੀ ਨਾਲ ਹਾਂ ਅੰਡੇ ਆਈ ਦੀ ਹੈ ਜੀ ਇਹ ਹੁੰਡਾ ਦੀ ਹੈ ਅੱਛਾ 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 ਹਾਂਜੀ ਤੇ ਕੀ ਗੱਲਬਾਤ ਹੈ ਇਹਦੀ ਇਹ ਗੱਡੀ ਤੁਹਾਨੂੰ ਜੀ 2,70,000 ਰੁਪਏ ਦੀ ਮਿਲੂਗੀ ਕਿੰਨਾ ਮਾਡਲ ਦੱਸਿਆ 2013 ਜੀ 2013 ਮਾਡਲ ਗੱਡੀ ਮਿੱਤਰੋ ਵਿੱਚੋਂ ਸਾਫ਼ ਆ ਚੰਗੀ ਆ ਲੈ ਵੀ ਮੁੰਡੇ ਦਿਖਾ ਦੀ ਵਿੱਚੋਂ ਮੇਰੀ ਕੋਈ ਵੀ ਗੱਡੀ ਕਿਉਂਕਿ ਹਰੇਕ ਬੰਦਾ ਸਾਡੇ ਤੁਸੀਂ ਕਿਸੇ ਡੀਲਰ ਤੋਂ ਗੱਡੀ ਲੈਣੇ ਹੋ ਤਾਂ ਉਹ ਤੁਹਾਨੂੰ ਕਹੂਗਾ ਗੱਡੀ ਟਰਾਈ ਲੈ ਲਓ ਤੁਸੀਂ 2-4 ਕਿਲੋਮੀਟਰ ਗੱਡੀ ਚਲਾ ਕੇ ਦੇਖ ਸਕਦੇ ਹੋ ਕਿਉਂਕਿ 2-4 ਕਿਲੋਮੀਟਰ ਕਿਸੇ ਗੱਡੀ ਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਮੇਰੀ ਗੱਡੀ ਕੋਈ ਵੀ 24 ਘੰਟੇ ਦੀ ਗਰੰਟੀ ਹੋਊਗੀ 24 ਘੰਟੇ 'ਚ ਗੱਡੀ 'ਚ ਕੋਈ ਇੰਜਨ ਦਾ ਫਾਲਟ ਹੋਵੇ ਕੋਈ ਗੇਅਰ ਦਾ ਫਾਲਟ ਹੋਵੇ ਕੋਈ ਏਸੀ ਰਨਿੰਗ ਨਾ ਹੋਵੇ ਕੋਈ ਮੇਜਰ ਫਾਲਟ ਹੋਵੇ ਦੇਖੋ ਮਾਈਨਰ ਫਾਲਟ ਤਾਂ ਇੱਕ ਰੋ ਹੋ ਸਕਦੇ ਨੇ ਕਿਸੇ ਮੇਰੀ ਗੱਡੀ ਡਾਊ ਫਾਲਟ ਮੈਂ ਕਢਵਾਉਣ ਦਾ ਜ਼ਿੰਮੇਵਾਰ ਹੋਊਗਾ ਮੇਰੀ ਗੱਡੀ ਐਕਸੀਡੈਂਟ ਹੋਵੇ ਕੋਈ ਛੱਤ ਪੇਂਟ ਹੋਵੇ ਗੋਡੇ ਪੇਂਟ ਹੋਣ ਪਿੱਲਰ ਪੇਂਟ ਹੋਵੇ ਤਾਂ ਆਪ ਮੈਨੂੰ ਗੱਡੀ ਵਾਪਸ ਦੇ ਕੇ ਆਪਣੇ ਪਾਸੇ ਪੈਸੇ ਵਾਪਸ ਲੈ ਕੇ ਜਾ ਸਕਦੇ ਲੈ ਵੀ ਆਈ ਦੇ ਬਾਰੇ ਗੱਲਬਾਤ ਕਰੀਏ ਆਪਾਂ ਇਹ 2014 ਮਾਡਲ ਹੁੰਡਾ ਮੇਜ ਹੁੰਡਾ ਸਿਟੀ ਜੀ ਹੁੰਡਾ ਸਿਟੀ ਜੀ ਤੇ ਨੰਬਰ ਸਾਰੇ ਦਿੱਲੀ ਹੁੰਦੇ ਆ ਦਿੱਲੀ ਨੰਬਰ ਤੇ ਇਹਦੀ ਦੇਤਲਤ ਕੀ ਹੁੰਦੀ ਹੈ ਜੀ ਇਹ ਗੱਡੀ ਤੁਹਾਨੂੰ 4,30,000 ਰੁਪਏ ਦੀ ਮਿਲੂਗੀ ਜੀ 4,30,000 ਦੋਸਤੋ ਜਦੋਂ ਤੁਸੀਂ ਆਉਂਦੇ ਹੋ ਨਾ ਤੇ ਇੰਜਨ ਗੇਅਰ ਬਾਰੇ ਤਾਂ ਮੈਂ ਤੁਹਾਨੂੰ ਦੱਸ ਕਿਹਾ ਇੰਜਨ ਗੇਅਰ ਤੇ ਟਾਇਰਾਂ ਬਾਰੇ ਜ਼ਰੂਰ ਦੇਖ ਰਿਹਾ ਕਰੋ ਤੁਸੀਂ ਜੇਕਰ ਆਪ ਨੌਲੇਜ ਵਾਲੇ ਤੋਂ ਵਧੀਆ ਚੰਗੀ ਗੱਲ ਆ ਨਹੀਂ ਨੌਲੇਜ ਵਾਲਾ ਬੰਦਾ ਜ਼ਰੂਰ ਨਾ ਰੱਖ ਤੁਸੀਂ ਮੌਕੇ ਤੇ ਪਹਿਲਾਂ ਦੇਖਣਾ ਜ਼ਰੂਰੀ ਹੈ ਇੱਕ ਗੱਲ ਹੋ ਰਹੀ ਸਪੋਜ਼ ਕਰੋ ਕਿਤੇ ਗੱਡੀ 'ਚ ਕੋਈ ਫਾਲਟ ਨਿਕਲਦਾ ਅਸੀਂ ਕੰਪਰੋਮਾਈਜ਼ ਕਰਨ ਨੂੰ ਤਿਆਰ ਆ ਕਿਉਂਕਿ ਗਾਹਕ ਨੇ ਇੱਕ ਗੱਡੀ ਲੈਣੀ ਹੁੰਦੀ ਹੈ ਸਾਰੀ ਉਮਰ 'ਚ ਅਸੀਂ ਡੀਲਰ ਆ ਸਾਨੂੰ ਉਹ ਗੱਡੀ 'ਚ ਬਾਅਦ 2-4-5 ਹਜ਼ਾਰ ਰੁਪਏ ਖਰਚਾ ਅਸੀਂ ਖਰਚਾ ਕਰਨ 'ਚ ਗਰੇਜ ਨਹੀਂ ਕਰਾਂਗੇ ਅਸੀਂ ਗਾਹਕ ਦੀ ਫੁੱਲ ਸੈਟੀਸਫੈਕਸ਼ਨ ਕਰਵਾਉਣ ਦੀ ਸਾਡੀ ਜ਼ਿੰਮੇਵਾਰੀ ਹੈ ਤੇ ਅਸੀਂ ਉਹਦੀ ਤਹਿ ਦਿਲੋਂ ਨਿਭਾਵਾਂਗੇ ਜੀ ਤੇ ਆ ਹਾਂ ਜੀ ਗੱਲ ਕਰਦੇ ਆ ਅਗਲੀ ਗੱਡੀ ਦੀ ਮਾਡਲ PV13 ਨੰਬਰ ਜੀ ਮਾਡਲ ਕੀ ਹੈ ਜੀ 2013 ਜੀ ਐਟੋਸ ਜੀ ਹਾਂਜੀ 2013 ਮਾਡਲ ਜੀ ਤੇ ਕਲਰ ਸਰਮਾ ਕਲਰ ਜੀ ਸਰਮਾਈ ਕਲਰ ਜਾ ਜੇਕੇ ਦੇ ਟਾਇਰ ਨਿਊ ਕਾਰ ਜੀ ਤੇ ਇਹ 3.5 ਲੱਖ ਰੁਪਏ ਦੀ ਗੱਡੀ 3.5 ਦੀ ਜੀ 13 ਮਾਡਲ ਗੱਡੀ ਹੈ ਜੀ ਗੱਡੀ ਸਾਫ ਆ ਮਿੱਤਰੋ ਕਾਕਾ ਜੀ ਹੋਰਾਂ ਨਾਲ ਨੰਬਰ ਸਕਰੀਨ ਤੇ ਚੱਲ ਰਿਹਾ ਗੱਲਬਾਤ ਜ਼ਰੂਰ ਕਰ ਲਓ ਜਿਹੋ ਜੀ ਤੁਸੀਂ ਗੱਡੀ ਮੰਗਵਾਉਣਾ ਵੀ ਚਾਹੁੰਦੇ ਹੋ ਅਵੇਲੇਬਲ ਕਈ ਵਾਰ ਨਹੀਂ ਹੁੰਦੀ ਹੈ ਨਾ ਜੀ ਗੱਲਬਾਤ ਪਹਿਲਾਂ ਕਰ ਲਿਓ ਜ਼ਿੰਮੇਵਾਰ ਬੰਦੇ ਨੇ ਕਾਗਜ਼ਾਂ ਪੱਤਰਾਂ ਦੀ ਫੁੱਲ ਜ਼ਿੰਮੇਵਾਰੀ ਹੈ ਜੇਕਰ ਤੁਹਾਨੂੰ ਕਿਸੇ ਪੱਖੋਂ ਵੀ ਕੋਈ ਲਾਂਭਾ ਆ ਜੇ ਤਾਂ ਸਾਡੇ ਨਾਲ ਕੰਟੈਕਟ ਜ਼ਰੂਰ ਕਰ ਲਿਓ ਵੀ ਜਾਂ ਤੁਹਾਡੇ ਬੰਦੇ ਤੁਸੀਂ ਵੀਡੀਓ ਪਾਈ ਸੀ ਯਾਰ ਵੀ ਬੰਦੇ ਨੇ ਉਨੀ ਕੀ ਗੱਲ ਕੀ ਕਰਤੀ ਸਾਡੇ ਨਾਲ ਬਾਬੂ ਜੀ ਅਸੀਂ ਤਸੱਲੀ ਦੇ ਰਹੇ ਹਾਂ ਤੁਹਾਡੀ ਬਾਬੂ ਜੀ ਅਸੀਂ ਤਸੱਲੀ ਸਾਡੀ ਗੱਡੀ ਖੁਦ ਹੀ ਦਊਗੀ ਅਸੀਂ ਇੱਕ ਗੱਲ ਜਾਣਦੇ ਹਾਂ ਸਾਡੇ ਤੇ ਮਾਨ ਅਸੀਂ ਤਾਂ ਤਸੱਲੀ ਦੇ ਰਹੇ ਹਾਂ ਹਾਂਜੀ ਅੱਗੇ ਆ ਜਾਓ ਵੀ ਜਵਾਨ ਗੱਡੀ ਪੱਖੋਂ ਕਦੇ ਵੀ ਕੋਈ ਕੰਪਰੋਮਾਈਜ਼ ਨਹੀਂ ਕਰਦੀ ਗੱਡੀ ਹਮੇਸ਼ਾ ਚੰਗੀ ਹੀ ਲੈ ਕੇ ਆਉਂਦੀ ਹਾਂਜੀ ਅੱਗੇ ਖੜੀ ਹੈ ਜੀ ਆ ਕਿੰਨਾ ਮਾਡਲ ਹੈ ਜੀ 2015 ਜੀ ਸਵਿਫਟ ਹੈ ਹਾਂਜੀ ਸਵਿਫਟ 2015 ਮਾਡਲ ਜੀ ਤੇ ਗੱਡੀ ਅੰਦਰੋਂ ਦਿਖਾ ਦੇ ਵੀ ਜਾਣਾ ਗੱਡੀ ਇਹ ਵੀ ਸਾਫ਼ ਆ ਜੀ ਤੇ ਟਾਇਰ ਲਾਏ ਹੈ ਨਹੀਂ ਵੀਰ ਮੇਰੇ ਉਹ ਤੇ ਲਾਏ ਜਿਹੜੀਆਂ ਗੱਡੀਆਂ ਅੱਗੇ ਫਰੰਟ ਫਸਟ ਗੱਡੀਆਂ ਦਿਖਾਈਆਂ ਉਹਨਾਂ ਜ਼ਰੂਰ ਦੋਨਾਂ ਦੇ ਲਾਏ ਸੀਗੇ ਇਹਨਾਂ ਦੇ ਲਾਏ ਹੈ ਹੀ ਨਹੀਂ ਗੇ ਤੇ ਵਿੱਚੋਂ ਗੱਡੀ ਸਾਫ਼ ਆ ਜੀ 2015 ਮਾਡਲ ਸਵਿਫਟ VDI ਜੀ VDI ਜੀ ਇਹਦੀ ਗੱਲ ਕਹਾਣੀ ਕੀ ਗੱਲਬਾਤ ਆ ਜੀ ਇਹ 4 ਲੱਖ ਰੁਪਏ ਦੀ ਪੂਰੇ 4 ਦੀ ਮੌਕੇ ਦੀ ਬਾਤ ਘੱਟ ਹੋ ਜਾਂਦੀ ਆ ਮੌਕੇ ਤੇ ਜਿਹੜਾ ਗੁੰਜਾਇਸ਼ ਹੋਇਆ ਜ਼ਰੂਰ ਕੱਢੋ ਹਾਂਜੀ ਗੁੰਜਾਇਸ਼ ਜ਼ਰੂਰ ਜਿਹੜਾ ਆਪਣੇ ਮਤਲਬ ਵੀਡੀ ਦੇ ਥਰੂ ਤੁਹਾਡੇ ਨਾਲ ਗੱਲਬਾਤ ਕਰਦਾ ਹਾਂਜੀ ਜ਼ਰੂਰ ਆਪਣੇ ਭਰਾਵਾਂ ਦਾ ਮਾਨ ਤਾਨ ਜ਼ਰੂਰ ਰੱਖਣਾ ਜੀ ਬਿਲਕੁਲ ਜੀ ਲੈ ਵੀ ਇੱਧਰ ਦਿਖਾ ਦੀ ਮੁੰਡਾ ਇੱਕ ਹੋਰ ਖੜੀ ਹੈ ਗੱਡੀ ਨਾਲ ਹੀ ਸਰਮੀਲੇ ਰੰਗ ਦੀ
वरना जी वरना 2013 मॉडल जी 1.6 ते एक गड्डी मैं वो सनरूफ वाली देख रहे सेके वो खड़ी है ना ओदे बारे में 2018 मॉडल ए दा की एदी की गल बात आई ए 4 लाख रुपए ए 4 दी ठीक है ओके गड्डी सारी ओके हां जी हां जी लो भी मित्रों थोनू मोटी मोटी झाक मरवा देना गड्डियां ते गड्डियां मतलब आउंदियां जांदियां बिकदियां रहंदियां ने हैना वरना जी सनरूफ वाली 2019 मॉडल जी हां एसटेक ऑप्शनल टॉप मॉडल जी अच्छा क्लाइमेट कंट्रोल ऑटो एसी हीटर सीट्स जी ਇਹਦੀ ਸੀਟਸ ਵੀ ਏਸੀ ਨਾਲ ਠੰਡੀਆਂ ਹੁੰਦੀਆਂ ਨੇ ਹੀਟਰ ਨਾਲ ਗਰਮ ਹੋ ਜਾਂਦੀਆਂ ਠੀਕ ਹੈ ਜੀ ਹਾਂਜੀ ਤੇ ਸਾਂ ਰੂਫ ਵਗੈਰਾ ਉੱਤੇ ਚੱਲਦਾ ਜੀ ਓਕੇ ਜੀ ਓਕੇ ਫਸਟ ਓਨਰ ਕਾਰ ਆ ਜੀ 9 ਲੱਖ ਰੁਪਏ ਦੀ 9 ਲੱਖ ਹਾਂਜੀ ਲਓ ਵੀ ਸਾਂ ਰੂਫ ਖੁੱਲ ਗਿਆ ਮਿੱਤਰੋ ਗੱਡੀ ਸਾਫ ਖੜੀ ਹੈ ਜੀ ਕਾਕਾ ਮੋਟਰਸ ਵਾਲਿਆਂ ਕੋਲੇ ਪਾਤਣਾ ਆਏ ਹੋਏ ਆ ਅੱਜ ਆਪਾਂ ਜਿਹੋ ਜੀ ਵੀ ਤੁਹਾਨੂੰ ਗੱਡੀ ਪਸੰਦ ਆ ਜਾਂ ਤੁਸੀਂ ਆਪਣੀ ਗੱਡੀ ਕੋਈ ਕਟਾਉਣਾ ਚਾਹੁੰਦੇ ਹੋ ਵਿੱਚ ਜ਼ਰੂਰ ਕੰਟੈਕਟ ਕਰਿਓ ਜੀ ਪਾਤਣਾ ਵਾਲਿਆਂ ਨਾਲ ਜੀ ਕਾਕਾ ਜੀ ਮੋਟਰ ਵਾਲਿਆਂ ਨਾਲ ਜੀ ਤੇ ਇੰਜਨ ਗੇਅਰ ਦੀ ਜ਼ਰੂਰ ਜ਼ਿੰਮੇਵਾਰੀ ਕਹਿੰਦੇ ਨੇ ਕਾਗਜ਼ਾਂ ਪੱਤਰਾਂ ਦੀ ਜ਼ਿੰਮੇਵਾਰੀ ਕਹਿੰਦੇ ਨੇ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਵੀਰ ਮੇਰੇ ਉਹ ਵੀ ਜੇ ਉਹ ਜੇ ਕਈ ਵਾਰ ਤੁਹਾਨੂੰ ਦਿੱਕਤ ਵੀ ਆਉਂਦੀ ਆ ਤਾਂ ਜ਼ਰੂਰ ਸਾਡੇ ਨਾਲ ਕਨੈਕਟ ਕਰ ਲਓ ਵੀ ਤੁਸੀਂ ਵੀਡੀਓ ਪਾਈ ਸੀਗੀ ਵੀ ਉਰੇ ਕਮੀ ਰਹਿ ਗਈ ਗੱਲ ਦੇ ਵਿੱਚ ਕਿਉਂਕਿ ਆਪਾਂ ਕਦੇ ਵੀ ਕੋਈ ਗਲਤ ਐਡ ਨਹੀਂ ਪਾਉਂਦੇ ਜਿਹੜੇ ਬੰਦੇ ਆਪਾਂ ਨੂੰ ਤਸੱਲੀ ਬਖਸ਼ ਹੁੰਦੇ ਨੇ ਆਪਾਂ ਉਹਨਾਂ ਦੀ ਐਡ ਹੀ ਪਾਉਂਦੇ ਆ ਆਜੋ ਬਾਕੀ ਗੱਲਬਾਤ ਕਰਦੇ ਹਾਂ 15 ਮਾਡਲ ਐਕਸਯੂਵੀ ਜੀ ਬ੍ਰਾਂਡ ਨਿਊ ਕਾਰ ਜੀ ਇਹ 5 ਲੱਖ ਰੁਪਏ ਦੀ ਮਿਲੂਗੀ ਜੀ 15 ਮਾਡਲ ਆ ਜੀ ਇਹ 2019 ਮਾਡਲ ਮਰਾਜੋ ਜੀ 6.5 ਲੱਖ ਰੁਪਏ ਦੀ ਜੀ ਲੈਣ ਦੀ ਕਾਮਯਾਬ ਯੂਪੀ ਨੰਬਰ ਜੀ ਐਨਓਸੀ ਮਿਲੂਗੀ ਟੈਕਸੀ ਲੈਣ ਦੀ ਬਹੁਤ ਕਾਮਯਾਬ ਗੱਡੀ ਆ 18 ਤੋਂ 20 ਦੀ ਐਵਰੇਜ ਆ ਜੀ ਸਕੋਰਪੀਓ 2011 ਮਾਡਲ ਜੀ 2,80,000 ਰੁਪਏ ਦੀ ਐਚਆਰ ਨੰਬਰ ਆ ਜੀ ਸਕੋਰਪੀਓ ਕਿੰਨਾ ਮਾਡਲ ਦੱਸਿਆ ਜੀ 2011 ਜੀ ਲਾਏ ਚੰਗੇ ਲੱਗਿਆ ਜੀ 2011 ਮਾਡਲ ਦੇ ਜੀ ਚੰਗੀ ਲੁੱਕ ਦੀ ਗੱਡੀ ਖੜੀ ਆ ਜੀ 11 ਮਾਡਲ ਜੀ ਤੇ ਵਿੱਚੋਂ ਡੈਕ ਸ਼ੈਕ ਓਕੇ ਜੀ ਬਿਲਕੁਲ ਜੀ ਓਕੇ ਜੀ ਆ ਟ੍ਰੈਨੋ ਜੀ 2014 ਮਾਡਲ ਜੀ ਬਲੈਕ ਕਲਰ ਦੀ ਬ੍ਰਾਂਡ ਨਿਊ ਕਾਰ ਯੂਪੀ ਨੰਬਰ ਆ ਮਿੱਤਰੋ ਤੇ ਗੱਡੀ ਸਾਫ ਆ ਜੀ ਤੇ ਗੱਲਬਾਤ ਕਾਕਾ ਜੀ ਉਹਨਾਂ ਨਾਲ ਕਰ ਲਿਓ ਸਕਰੀਨ ਤੇ ਨੰਬਰ ਚੱਲ ਰਿਹਾ ਆਪਣੇ ਕੋਲੇ ਲੈ ਵੀ ਪਿੱਛੋਂ ਲੁੱਕ ਦਿਖਾ ਦੀ ਗੱਡੀ ਦੀ ਮਿੱਤਰਾ पूरी संतुष्टि देगी उस कोई कमी नहीं आएगी कोई मेजर फॉल्ट हुंदा मैं तां भी वह फॉल्ट कढ़वाउण दा जिम्मेवार हाँ बेचण तो बाद भी मैं फॉल्ट कढ़वाउण दा जिम्मेवार हाँ क्योंकि खरीदने वाले ने सारी उम्र च एक या दो गड्डी खरीदनी होंगी है तो जे उ गड्डी माड़ी चली जाए तो वो खुद का दिल टुट जाता बिल्कुल मैं परमात्मा अगे यही अरदास करदा भी किसी भी बंदे का मेरे हथों दिल ना दिखाया जाए जेकर दोस्तों वीडियो च नहीं पता लगता तो तुसी गूगल मैप से जाके काका मोटर्स के नाँ पर इन्हां दी लोकेशन पाई हुई मेरा कॉन्टैक्ट नंबर हाँ, गूगल ते भी मैप मतलब देती हुई लोकेशन देती हुई है जरूर कनेक्ट करो जी एक बार सेवा का मौका जरूर दियो जी ਤੁਹਾਨੂੰ ਸ਼ਰਮਿੰਦਗੀ ਫੀਲ ਨਹੀਂ ਹੋਵੇਗੀ ਸਾਡੇ ਨਾਲ ਵਿਹਾਰ ਕਰਕੇ ਸਾਡੇ ਅਸੀਂ ਇਸੇ ਕਰਕੇ ਮੈਂ ਤੁਹਾਨੂੰ ਪਹਿਲਾਂ ਵੀ ਦੋਸਤੋ ਦੱਸ ਕੇ ਹਟਿਆ ਵੀ ਅਸੀਂ ਕਦੇ ਗਲਤ ਐਡ ਨਹੀਂ ਪਾਉਂਦੇ ਜਿਹੜੇ ਸਾਡੇ ਮਨ ਨੂੰ ਤਸੱਲੀ ਹੁੰਦੀ ਹੈ ਵੀ ਹਾਂ ਉਰੇ ਐਡ ਪਾਉਣੀ ਚਾਹੀਦੀ ਹੈ ਤੁਹਾਡੇ ਵਰਗੇ ਭਰਾਵਾਂ ਨੂੰ ਦਿਖਾਉਣ ਵਾਲੀ ਚੀਜ਼ ਹੈਗੀ ਆ ਤਾਂ ਅਸੀਂ ਉਹੀ ਐਡ ਪਾਉਂਦੇ ਜੀ ਜ਼ਰੂਰ ਕਨੈਕਟ ਕਰੋ ਵੀਰ ਮੇਰੇ ਤੇ ਦੋਸਤੋ ਨੈਵੀਗੇਸ਼ਨ ਲੋਕੇਸ਼ਨ ਆਪਾਂ ਵੀਡੀਓ ਦੇ ਵਿੱਚ ਪਾ ਡਿਸਕ੍ਰਿਪਸ਼ਨ ਦੇ ਵਿੱਚ ਪਾਤੀ ਜੇਕਰ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਲਿੰਕ ਦਿੱਤਾ ਗਿਆ ਜਿਹੜਾ ਲੋਕੇਸ਼ਨ ਦਾ ਉਹਦੇ ਜ਼ਰੀਏ ਜ਼ਰੂਰ ਆਉਣ ਦੀ ਕੋਸ਼ਿਸ਼ ਕਰਿਓ ਹੈ ਨਾ ਗੱਲਬਾਤ ਕਰ ਲਿਓ ਸਕਰੀਨ 'ਤੇ ਮੋਬਾਈਲ ਨੰਬਰ ਦਿੱਤਾ ਗਿਆ ਜੀ ਬਹੁਤੀ ਜਾਣਕਾਰੀ ਜੇ ਹੋਰ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਜ਼ਰੂਰ ਇਹਨਾਂ ਨਾਲ ਕਨੈਕਟ ਕਰਿਓ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ